ਤਾਂ 80% ਤਬਕਾ ਹਰੀਜਨਾਂ ਦਾ ਸਿੱਖੀ ਨਾਲ ਟੁੱਟ ਚੁੱਕਿਆ ਜੀ। ਹਾਲਾਂਕਿ ਉਹ ਸਿੱਖੀ ਸਰੂਪ ਚ ਨੇ ਲੇਕਿਨ ਉਹ ਸਿੱਖੀ ਨਾਲੋਂ ਟੁੱਟ ਚੁੱਕੇ ਨੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲ ਤੋਂ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ ਪ੍ਰੋਗਰਾਮ ਗੁਰ ਕੀ ਬਾਤ ਵਿੱਚ। ਦਰਸ਼ਕੋ, ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਵੇਖਿਆ ਮੇਰੇ ਨਾਲ ਸਨ ਪ੍ਰੋਫੈਸਰ ਸੁਖਦਿਆਲ ਸਿੰਘ ਅਤੇ ਗੱਲ ਚੱਲਦੀ ਸੀ 350 ਸਾਲਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ। ਭਾਵੇਂ ਕਿ ਪ੍ਰਕਾਸ਼ ਦਿਹਾੜਾ ਤਾਂ ਆਏ ਸਾਲ ਮਨਾਇਆ ਜਾਂਦਾ ਹੈ, ਜਦੋਂ 100 ਸਾਲ ਹੋ ਜਾਂਦਾ ਹੈ ਅਤੇ ਸਾਡੀਆਂ ਕੌਮਾਂ ਬੜੇ ਉੱਚੇ ਪੱਧਰ ਦੇ ਉੱਪਰ ਮਨਾਉਂਦੀਆਂ ਨੇ ਇੱਕ ਸ਼ਤਾਬਦੀ ਦਾ ਨਾਂ ਦੇ ਕੇ, ਪਰ ਨਵੇਂ ਨਵੇਂ ਜਿਹੜੇ ਸ਼ੋਸ਼ੇ ਛੱਡੇ ਜਾ ਰਹੇ ਨੇ ਇਹਦਾ ਕੀ ਕਾਰਨ ਹੋ ਸਕਦਾ? ਇਹਦਾ ਕਾਰਨ ਇੱਕ ਤਾਂ ਬਹੁਤ ਵੱਡਾ ਹੈ ਕਿਉਂਕਿ 2017 ਜਨਵਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ 350 ਸਾਲਾ ਮਨਾਉਣਾ ਅਤੇ ਫਰਵਰੀ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ। ਜੇ ਚੋਣ ਜਾਪਤਾ ਵੀ ਲਾਗੂ ਹੋ ਗਿਆ, ਧਿਆਨ ਦੇ ਕੇ ਸੁਣਿਆ ਜੇ, ਅਤੇ ਤਾਂ ਵੀ ਕੋਈ ਕੁਛ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਗੁਰਦੁਆਰਿਆਂ ਦੇ ਵਿੱਚ ਸਮਾਗਮ ਕਰਨੇ ਨੇ, ਗੁਰਦੁਆਰਿਆਂ ਦਾ ਲੰਗਰ, ਗੁਰਦੁਆਰਿਆਂ ਦੀ ਗੋਲਕ। ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਕਿ ਇਹਦਾ ਬੈਨੀਫਿਟ ਕੌਣ ਲੈ ਕੇ ਜਾ ਰਿਹਾ? ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ। ਇਸ ਚੀਜ਼ 'ਤੇ ਸਾਨੂੰ ਬੜੀ ਗੌਰ ਕਰਨੀ ਚਾਹੀਦੀ ਹੈ। ਪਰ ਸਵਾਲ ਉਦੋਂ ਖੜ੍ਹਾ ਹੋ ਜਾਂਦਾ ਹੈ ਕਿ ਇੱਕ ਆਦਮੀ ਜਿਹੜਾ ਇਹਨਾਂ ਦੀ ਉਸ ਸਾਜਿਸ਼ ਨੂੰ ਨਾ ਜਾਣਦਾ ਹੋਵੇ, ਉਹ ਤਾਂ ਹਾਜ਼ਰ ਹੋ ਜਾਵੇ, ਅਤੇ ਜਦੋਂ ਪ੍ਰੋਫੈਸਰ ਸੁਖਦਿਆਲ ਸਿੰਘ ਵਰਗੇ ਉੱਘੇ ਕੌਮ ਦੇ ਚਿੰਤਕ ਔਰ ਸਾਰੀਆਂ ਇਹਨਾਂ ਦੀਆਂ ਹਰਕਤਾਂ ਤੋਂ ਜਾਣੂ ਹੋਣ, ਜਦੋਂ ਉਹ ਫਿਰ ਇਹਨਾਂ ਸਮਾਗਮਾਂ ਦੀ ਹਾਜ਼ਰੀ ਭਰਦੇ ਨੇ, ਤਾਂ ਫਿਰ ਸਾਡੇ ਵੱਲੋਂ ਇੱਕ ਸਵਾਲ ਖੜ੍ਹਾ ਹੋ ਜਾਂਦਾ ਹੈ। ਅਸੀਂ ਜ਼ਰੂਰ ਇਹਨਾਂ ਨੂੰ ਪੁੱਛਦੇ ਹਾਂ ਵੀ ਇਹਦਾ ਕੀ ਕਾਰਨ ਹੈ। ਕੋਈ ਆਮ ਬੰਦਾ ਚਲਾ ਜਾਵੇ ਤਾਂ ਉਹ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ, ਪਰ ਤੁਸੀਂ ਸਭ ਕੁਛ ਜਾਣਦੇ ਹੋਏ ਵੀ ਉੱਥੇ ਪਹੁੰਚਦੇ ਹੋ, ਇਹਦਾ ਕੀ ਕਾਰਨ ਹੋ ਸਕਦਾ? ਪ੍ਰੋਫੈਸਰ ਸਾਹਿਬ, ਇੱਕ ਚੀਜ਼ ਦੱਸੋ, ਜਦੋਂ ਕਿ ਸ਼ਤਾਬਦੀਆਂ ਮਨਾਉਂਦੇ ਸੀ, ਰਾਗੀ ਢਾਡੀ ਪ੍ਰਚਾਰਕ ਸੱਦੇ ਜਾਂਦੇ ਸਨ, ਅਤੇ ਦੁਨੀਆਂ ਕਹਿੰਦੀ ਸੀ ਲਓ ਜੀ ਇਹਨਾਂ ਦਾ ਸੀਜ਼ਨ ਸ਼ੁਰੂ ਹੋ ਗਿਆ, ਅਤੇ ਹੁਣ ਮੈਂ 350 ਸਾਲਾਂ ਦੇ ਉੱਪਰ ਦੇਖ ਰਿਹਾ ਪ੍ਰੋਫੈਸਰਾਂ ਦਾ ਵੀ ਤਾਂ ਸੀਜ਼ਨ ਚੱਲਦਾ ਪਿਆ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ, ਇਹ ਸੀਜ਼ਨ ਸ਼ੁਰੂ ਹੋਇਆ ਹੋਇਆ ਜੀ। ਪਰ ਇਹਦੇ ਵਿੱਚ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਕਿ ਇਹ ਰਾਗੀਆਂ ਢਾਡੀਆਂ ਵਾਂਗੂ ਇਹ ਸੀਜ਼ਨ ਸ਼ੁਰੂ ਹੋ ਗਿਆ ਜੀ, ਕਿਉਂਕਿ ਮਿਲਦਾ ਵੀ ਕਾਫੀ ਕੁਛ ਹੈ ਜੀ ਇਹਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਗੱਲ ਇਹ ਹੈ ਕਿ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਸੀਜ਼ਨ ਦਾ ਫਾਇਦਾ ਲੈਣ ਵਾਲੇ ਵੀ ਹੁੰਦੇ ਨੇ ਜੀ, ਕਈ ਸੀਜ਼ਨਾਂ ਦਾ ਫਾਇਦਾ ਲੈ ਕੇ ਆਪਣੀ ਗੱਲ ਕਰਨ ਵਾਲੇ ਵੀ ਹੁੰਦੇ ਨੇ ਜੀ, ਗੱਲ ਆਪਦੀ ਉੱਥੇ ਰੱਖ ਦੇਈਂਦੀ ਹੈ। ਪਰ ਕਈ ਮਜਬੂਰੀਆਂ ਤੁਹਾਨੂੰ ਹੁੰਦੀਆਂ ਨੇ, ਜਿਨ੍ਹਾਂ ਮਜਬੂਰੀਆਂ ਵੱਲ ਦੇਖ ਕੇ ਤੁਹਾਨੂੰ ਆਪਣੀ ਗੱਲ ਕਈ ਵਾਰ ਜੀ ਦਮੀ ਆਵਾਜ਼ 'ਚ ਕਰਨੀ ਪੈਂਦੀ ਹੈ, ਓਕੇ, ਖੁੱਲ੍ਹੀ ਆਵਾਜ਼ 'ਚ ਨਹੀਂ ਕਰ ਸਕਦੇ। ਪਰ ਜੋ ਕੁਛ ਸਾਰਾ ਇਹ ਹੋ ਰਿਹਾ ਹੈ, ਭਾਵੇਂ ਸੈਮੀਨਾਰਾਂ ਰਾਹੀਂ ਹੋ ਰਿਹਾ ਹੋਵੇ, ਭਾਵੇਂ ਕਾਨਫਰੰਸਾਂ ਰਾਹੀਂ ਹੋ ਰਿਹਾ ਹੋਵੇ, ਹੋ ਰਿਹਾ ਹੈ ਇਹ ਪੰਜਾਬ ਸਰਕਾਰ ਦੇ ਹੱਕ ਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਦਾ ਹੀ। ਅੱਛਾ, ਆਮ ਲੋਕਾਂ ਦਾ ਇਹਦੇ ਵਿੱਚ ਕੁਛ ਸੌਰਦਾ ਨਹੀਂ ਪਿਆ? ਨਹੀਂ, ਆਮ ਲੋਕਾਂ ਦਾ ਕੋਈ ਸੌਰਦਾ ਨਹੀਂ ਪਿਆ। ਦੇਖੋ, ਪੰਜਾਬ ਦਾ ਜਿਹੜਾ ਗਰੀਬ ਤਬਕਾ ਹੈ ਬਹੁ ਗਿਣਤੀ ਵਿੱਚ ਹੈ, ਹਰੀਜਨ ਤਬਕਾ ਹੈ ਜੀ। ਹਰੀਜਨ ਤਬਕਾ ਮੈਂ ਸਮਝਦਾ ਜੇ 100% ਨਹੀਂ ਜੀ, ਤਾਂ 80% ਤਬਕਾ ਹਰੀਜਨਾਂ ਦਾ ਸਿੱਖੀ ਨਾਲ ਟੁੱਟ ਚੁੱਕਿਆ ਜੀ। ਹਾਲਾਂਕਿ ਉਹ ਸਿੱਖੀ ਸਰੂਪ 'ਚ ਨੇ ਲੇਕਿਨ ਉਹ ਸਿੱਖੀ ਨਾਲੋਂ ਟੁੱਟ ਚੁੱਕੇ ਨੇ ਜੀ। ਉਹਨਾਂ ਦਾ ਗੁਰਦੁਆਰਿਆਂ ਨਾਲ, ਉਹਨਾਂ ਦਾ ਗੁਰਬਾਣੀ ਨਾਲ, ਉਹਨਾਂ ਦਾ ਕੀਰਤਨ ਨਾਲ ਜਾਂ ਗੁਰੂ ਸਾਹਿਬਾਨ ਨਾਲ ਐਸਾ ਕੋਈ ਲੈਣ ਦੇਣ ਨਹੀਂ ਹੈ ਜਿਹੜਾ ਉਹ ਸੈਂਟੀਮੈਂਟਲੀ ਦਰਸਾਉਣ ਜੀ। ਉਹ ਆਪਣੀ ਰੋਟੀ ਰੋਜੀ ਕਮਾਉਣ ਲਈ ਜੀ, ਜਿੰਨਾ ਉਹ ਸਿੱਖੀ ਤੋਂ ਦੂਰ ਚਲੇ ਗਏ ਨੇ ਉਹ ਜੀ। ਬਿਲਕੁਲ, ਮਤਲਬ ਪੰਜਾਬ ਦਾ ਬਹੁ ਗਿਣਤੀ ਸ਼ਡਿਊਲਡ ਵਰਗ ਜੀ, ਸ਼ਡਿਊਲਡ ਕਾਸਟ ਵਰਗ ਸਿੱਖੀ ਨਾਲੋਂ ਟੁੱਟ ਕੇ ਹੋਰਨਾਂ ਡੇਰਿਆਂ ਵੱਲ ਚਲੇ ਗਿਆ ਹੈ। ਪਰ ਨਹੀਂ, ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਣਾ। ਤੁਸੀਂ ਦੱਸਿਆ ਵੀ ਸ਼੍ਰੋਮਣੀ ਕਮੇਟੀ ਦਾ ਸਵਾਰਥ ਪੂਰਾ ਹੁੰਦਾ ਹੈ ਅਤੇ ਜਾਂ ਮੌਜੂਦਾ ਸਰਕਾਰ ਦਾ ਸਵਾਰਥ ਪੂਰਾ ਹੁੰਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਸੀਂ ਗੱਲ ਕਰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਛੱਡਤਾ, ਆਪਣਾ ਘਰ ਛੱਡ ਦਿੱਤਾ, ਆਪਣਾ ਪਰਿਵਾਰ ਛੱਡ ਦਿੱਤਾ, ਸਿਧਾਂਤ ਨਹੀਂ ਛੱਡਿਆ, ਅਤੇ ਇਹ ਲੋਕ ਆਪਣਾ ਸਵਾਰਥ ਛੱਡਣ ਨੂੰ ਵੀ ਤਿਆਰ ਨਹੀਂ, ਇਹ ਕੁਰਸੀ ਛੱਡਣ ਨੂੰ ਤਿਆਰ ਨਹੀਂ, ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕਾਹਦੀ ਸ਼ਤਾਬਦੀ ਮਨਾਈ ਜਾਂਦੀ ਹੈ? ਕੋਈ ਮੀਨਿੰਗ ਨਹੀਂ ਹੈਗਾ, ਕੋਈ ਮੀਨਿੰਗ ਨਹੀਂ। ਇਹਨਾਂ ਨੂੰ ਚਾਹੀਦਾ ਸੀ ਕਿ ਇਹ 350ਵਾਂ ਜਨਮ ਦਿਵਸ ਮਨਾਉਣ ਤੋਂ ਪਹਿਲਾਂ ਇੱਕ ਅੰਮ੍ਰਿਤ ਪ੍ਰਚਾਰ ਦੀ ਐਸੀ ਲਹਿਰ ਚਲਾਉਣ ਜੀ ਜਿਹੜੀ ਗਰੀਬਾਂ ਵਿੱਚ ਹੀ ਪ੍ਰਚਲਿਤ ਹੋਵੇ ਜੀ, ਜਿਹੜੀ ਗਰੀਬਾਂ ਨੂੰ ਮੋੜ ਕੇ ਗੁਰੂ ਘਰ ਵੱਲ ਲਿਆਵੇ। ਇਕੱਲਾ ਅੰਮ੍ਰਿਤ ਵੀ ਇੰਝ ਨਹੀਂ ਚੱਲੇਗਾ ਵੀ ਇੱਕ ਲਹਿਰ ਚਲਾਤੀ, ਪੰਜ ਪਿਆਰੇ ਆਉਣਗੇ, ਸ਼ੱਕ ਲਵੋ। ਲੋਕਾਂ ਨੂੰ ਪਹਿਲਾਂ ਉਹ ਮਿਸ਼ਨ ਦੱਸਣਾ ਪਏਗਾ ਵੀ ਮਿਸ਼ਨ ਕੀ ਹੈ। ਹਾਂ, ਦੂਜੀ ਗੱਲ ਮਿਸ਼ਨ ਦੀ ਸੀ ਅਤੇ ਉਹ ਤੁਹਾਡੇ ਵਰਗੇ ਜਿਹੜੇ ਵਿਦਵਾਨ ਸੱਜਣ ਸਨ ਇਹ ਜ਼ਰੂਰ ਦੱਸਦੇ। ਹੁਣ ਤੁਸੀਂ ਜਿਸ ਜਗ੍ਹਾ 'ਤੇ ਸੈਮੀਨਾਰ ਕਰਦੇ ਹੋ, ਜਿਸ ਜਗ੍ਹਾ ਦੇ ਉੱਪਰ ਬੋਲਦੇ ਹੋ, ਉੱਥੇ ਉਹ ਲੋਕ ਨਹੀਂ ਗਏ ਹੁੰਦੇ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਪਏ ਹਾਂ ਵੀ ਜਿਹੜਾ 80% ਟੁੱਟ ਚੁੱਕਾ ਆ। ਤੁਸੀਂ ਗੱਲ ਕੀਤੀ ਪਟਨਾ ਸਾਹਿਬ ਦੀ, ਤੁਸੀਂ ਗੱਲ ਕੀਤੀ ਦਿੱਲੀ ਦੀ, ਸਵਾਦ ਤਾਂ ਹੁੰਦਾ ਜੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਕਰਦੇ।
ਇਹਦਾ ਕੀ ਕਾਰਨ ਕੀ ਹੈ? ਇਹ ਤੁਹਾਨੂੰ ਢੰਗ ਠੀਕ ਲੱਗਦਾ ਕਿ ਨਹੀਂ? ਨਹੀਂ, ਇਸ ਤਰੀਕੇ ਨਾਲ ਤਾਂ ਇਹ ਫੰਕਸ਼ਨ ਕੀਤੇ ਹੀ ਨਹੀਂ ਜਾ ਰਹੇ ਜੀ, ਕਿ ਉੱਥੇ ਉਹ ਲੋਕ ਆਉਣ ਜਿਨ੍ਹਾਂ ਵਾਸਤੇ ਇਹ ਦੱਸਣਾ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਇਹ ਹੈ। ਉੱਥੇ ਉਹ ਲੋਕ ਨਹੀਂ ਆ ਰਹੇ, ਸੈਮੀਨਾਰਾਂ ਵਿੱਚ, ਕਾਨਫਰੰਸਾਂ ਵਿੱਚ ਹਾਈ ਪੱਧਰ ਦੇ ਲੋਕ ਆ ਰਹੇ ਨੇ ਜਿਨ੍ਹਾਂ ਨੂੰ ਆਲਰੇਡੀ ਸਭ ਕਾਸੇ ਬਾਰੇ ਪਤਾ ਹੈ, ਉਹ ਇੱਕ ਫਾਰਮੈਲਿਟੀ ਪੂਰੀ ਕਰਦੇ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਬਿਹਾਰ ਵੱਲੋਂ ਮਨਾਏ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਜਿਹੜੇ ਪ੍ਰੋਗਰਾਮ ਨੇ, ਉੱਥੇ ਵੀ ਤੁਹਾਡੇ 'ਤੇ ਇੱਕ ਸਵਾਲ ਖੜਾ ਹੋ ਜਾਂਦਾ ਹੈ। ਉੱਥੇ ਤੁਸੀਂ ਬੋਲਣ ਦੇ ਲਈ ਗਏ, ਠੀਕ ਹੈ ਜੀ, ਉੱਥੋਂ ਦੀ ਸਰਕਾਰ ਨੇ ਜੇ ਮਨਾਇਆ ਤਾਂ ਇੱਥੋਂ ਦੀ ਸਰਕਾਰ ਨੂੰ ਲਵੇ ਨਹੀਂ ਲੱਗਣ ਦਿੱਤਾ, ਠੀਕ ਹੈ ਜੀ, ਔਰ ਤੁਸੀਂ ਸਾਰਾ ਕੁਛ ਦੇਖ ਕੇ ਆਏ ਹੋ ਵੀ ਉਹਨਾਂ ਨੇ, ਤੁਸੀਂ ਇੱਥੋਂ ਦੇ ਸਮਾਗਮਾਂ 'ਚ ਕੀ ਬੋਲਦੇ ਪਏ ਹੋ ਵੀ ਜਿਵੇਂ ਉਹਨਾਂ ਨੇ ਸਿਆਸਤ ਤੋਂ ਉੱਚੇ ਹੋ ਕੇ ਪ੍ਰੋਗਰਾਮ ਕਰਵਾਇਆ, ਇੱਥੇ ਵੀ ਸਿਆਸਤ ਨਾ ਵੜਨ ਦਿਓ? ਹਾਂ, ਇਹ ਸਿਆਸਤ ਵੜੇਗੀ ਫਿਰ ਮੈਂ ਨਹੀਂ ਆਵਾਂਗਾ। ਇਹੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਮੱਖੂ ਸਾਹਿਬ, ਕਿ ਬਿਹਾਰ ਸਰਕਾਰ ਨੇ ਪਟਨਾ ਸਾਹਿਬ ਦੇ ਵਿੱਚ 22-24 ਸਤੰਬਰ ਨੂੰ ਜੋ ਦਿਵਸ ਜੋ ਪ੍ਰੋਗਰਾਮ ਬਣਾਏ ਜੀ, ਉਹਨਾਂ ਦੇ ਵਿੱਚ ਉਹਨਾਂ ਨੇ ਪੋਲੀਟਿਕਸ ਨੂੰ ਨੇੜੇ ਨਹੀਂ ਲੱਗਣ ਦਿੱਤਾ, ਸਿਆਸਤ ਨੂੰ ਬਿਲਕੁਲ ਨੇੜੇ ਨਹੀਂ ਲੱਗਣ ਦਿੱਤਾ। ਪਹਿਲੀ ਗੱਲ ਤਾਂ ਇਹ ਅਖਬਾਰਾਂ 'ਚ ਆਉਂਦੀਆਂ ਸੀ ਕਿ 2-3 ਮਹੀਨੇ ਪਹਿਲਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਰਲ ਕੇ ਬਿਹਾਰ ਸਰਕਾਰ ਨਾਲ ਇਹ ਤਿੰਨੇ ਧਿਰਾਂ ਉਹ ਫੰਕਸ਼ਨ ਮਨਾਉਣਗੀਆਂ ਜੀ। ਫਿਰ ਹੌਲੀ ਹੌਲੀ ਖਬਰਾਂ ਇਹ ਆਉਣ ਲੱਗ ਪਈਆਂ ਕਿ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਆਪਣੇ ਆਪ ਨੂੰ ਬਿਹਾਰ ਸਰਕਾਰ ਨਾਲੋਂ ਵਿਥਦੇ ਕਰਨ ਲੱਗ ਗਈਆਂ, ਦੂਰੀ 'ਤੇ ਰੱਖਣ ਲੱਗ ਗਈਆਂ। ਓਕੇ, ਦੂਰੀ 'ਤੇ ਰੱਖਣ ਖਬਰਾਂ ਆਈਆਂ, ਇਹ ਖਬਰਾਂ ਆਉਣ ਲੱਗ ਪਈਆਂ। ਜਦੋਂ ਅਸੀਂ ਜਾ ਕੇ ਦੇਖਿਆ ਉੱਥੇ ਕਿ ਉੱਥੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸ਼ਮੂਲੀਅਤ ਸੀ, ਨਾ ਹੀ ਅਕਾਲੀ ਦਲ ਦੀ ਜੀ, ਨਾ ਹੀ ਕੋਈ ਬਹੁਤੇ ਪੱਧਰ 'ਤੇ ਪੰਜਾਬ ਸਰਕਾਰ ਦੀ ਜੀ। ਪੰਜਾਬ ਸਰਕਾਰ ਦੇ ਸਿਰਫ 3 ਨੁਮਾਇੰਦੇ ਸਨ ਜੀ, CM ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਜੀ। ਇਹ ਮੈਂ ਸਮਝਦਾ ਕਿ ਸਰਕਾਰੀ ਪੱਧਰ 'ਤੇ ਜਿੰਨੀ ਕੁ ਜ਼ਰੂਰਤ ਸੀ ਉਨੀ ਕੁ ਇਹਨਾਂ ਨੇ ਸ਼ਮੂਲੀਅਤ ਕਰ ਲਈ, ਅਤੇ ਉੱਥੇ ਵੀ ਜਿਹੜੇ 10-10-15-15 ਮਿੰਟ ਮਿਲੇ ਬੋਲਣ ਨੂੰ, ਉਹਦੇ ਵਿੱਚ ਕੋਈ ਪੋਲੀਟਿਕਸ ਦੀ ਗੱਲ ਨਾ ਕਿਸੇ ਨੇ ਬੋਲੀ, ਨਾ ਕਿਸੇ ਨੂੰ ਬੋਲਣ ਦੀ ਖੁੱਲ੍ਹ ਸੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਸੰਬੰਧਿਤ ਗੱਲ ਰਹਿਣੀ ਸੀ ਜੀ। ਜਿੰਨੇ ਵੀ ਬੁਲਾਰੇ ਉੱਥੇ ਬੋਲੇ 22 ਤਰੀਕ ਦੇ ਉਦਘਾਟਨੀ ਭਾਸ਼ਣ ਦੇ ਵਿੱਚ, ਕਿਸੇ ਨੇ ਪੋਲੀਟਿਕਸ ਦੀ ਗੱਲ ਨਹੀਂ ਕੀਤੀ, ਕਿਸੇ ਨੇ ਪੋਲੀਟੀਕਲ ਗੱਲ ਨਹੀਂ ਕੀਤੀ, ਨਿਰੋਲ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ। ਸਭ ਤੋਂ ਵਧੀਆ ਸਪੀਚ ਸੀ ਨਿਤੀਸ਼ ਕੁਮਾਰ ਦੀ, ਪੰਜਾਬ ਦੇ ਬਿਹਾਰ ਦੇ ਮੁੱਖ ਮੰਤਰੀ ਦੀ, ਜਿਹੜਾ ਨਿਰੋਲ ਗੁਰੂ ਗੋਬਿੰਦ ਸਿੰਘ ਜੀ 'ਤੇ ਬੋਲਿਆ ਸੀ। ਕੀ ਬਾਤ ਹੈ, ਠੀਕ ਹੈ ਨਾ। ਅਤੇ ਉੱਥੇ ਜਿਹੜੇ ਨੁਮਾਇੰਦੇ ਬੁਲਾਏ ਗਏ ਸੀ 400-450 ਦੇ ਕਰੀਬ ਪੰਜਾਬ 'ਚੋਂ, ਹਰ ਪੋਲੀਟੀਕਲ ਪਾਰਟੀ ਦਾ ਬੰਦਾ ਉੱਥੇ ਇਕੱਠਾ ਹੋਇਆ ਹੋਇਆ ਸੀ, ਹਰੇਕ ਪੋਲੀਟੀਕਲ ਪਾਰਟੀ ਦਾ। ਮੇਰਾ ਖਿਆਲ, ਮੈਂ ਜਦੋਂ ਅਸੀਂ ਸਾਡੇ ਦੋਸਤਾਂ ਨੇ ਇਹ ਦੇਖਿਆ ਕਿ ਇੱਥੇ ਹਰ ਛੋਟੀ ਤੋਂ ਛੋਟੀ ਅਤੇ ਸਿੰਪਲ ਤੋਂ ਸਿੰਪਲ ਪੋਲੀਟੀਕਲ ਪਾਰਟੀ ਦਾ ਵੀ ਨੁਮਾਇੰਦਾ ਆਇਆ ਹੋਇਆ ਹੈ, ਅਤੇ ਇਹ ਕਮਾਲ ਦੀ ਗੱਲ ਸੀ ਕਿ ਕਮਾਲ ਦੀ ਗੱਲ ਹੈ ਅਤੇ ਪੰਜਾਬ ਬਿਹਾਰ ਸਰਕਾਰ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਦਿੱਤਾ ਕਿ ਸਾਡੇ ਨੁਮਾਇੰਦਿਆਂ ਨੂੰ ਤੁਸੀਂ ਬੁਲਾਇਆ ਨਹੀਂ ਜੀ। ਉੱਥੇ ਹਰ ਸ਼ੇਡ ਦਾ ਬੰਦਾ ਇਕੱਠਾ ਹੋਇਆ ਹੋਇਆ ਸੀ, ਠੀਕ ਹੈ, ਅਤੇ ਕਿਸੇ ਵੀ ਬੰਦੇ ਨੇ ਉੱਥੇ ਆਪਣੀ ਪੋਲੀਟੀਕਲ ਗੱਲ ਨਹੀਂ ਕੀਤੀ। ਮੈਂ ਸਮਝਦਾ ਹਾਂ ਕਿ ਜੇ ਉਹਨਾਂ ਕੋਲੋਂ ਕੋਈ ਸਬਕ ਸਿੱਖਣ ਦੀ ਲੋੜ ਹੈ ਬਿਹਾਰ ਸਰਕਾਰ ਵੱਲੋਂ ਜੋ ਮਨਾਇਆ ਗਿਆ ਸੀ, ਉਹ ਇਹੀ ਹੈ ਕਿ ਜੇ ਪੰਜਾਬ ਦੇ ਵਿੱਚ ਕੋਈ ਫੰਕਸ਼ਨ ਮਨਾਏ ਜਾਣੇ ਨੇ 350ਵੇਂ ਦਿਵਸ ਨਾਲ ਸੰਬੰਧਿਤ, ਉਹਨਾਂ ਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ। ਉਹ ਇੱਕ ਮਿਸਾਲ ਬਣ ਗਿਆ, ਉਹ ਇੱਕ ਮਿਸਾਲ ਬਣ ਗਿਆ, ਉਹ ਉਦਾਹਰਣ ਬਿਹਾਰ ਦਾ ਜਿਹੜਾ ਫੰਕਸ਼ਨ ਮਨਾਇਆ ਹੋਇਆ ਉਹ ਇੱਕ ਮਿਸਾਲ ਬਣ ਗਿਆ ਸਾਡੇ ਲੋਕਾਂ ਲਈ ਕਿ ਉਹਨਾਂ ਨੇ ਪੋਲੀਟਿਕਸ ਨੂੰ ਨੇੜੇ ਨਹੀਂ ਲੱਗਣ ਦਿੱਤਾ। ਪਰ ਪੰਜਾਬ ਦੇ ਵਿੱਚ ਹੁਣ ਤੱਕ ਜਿੰਨੇ ਸਮਾਗਮ ਮਨਾਏ ਗਏ ਨੇ ਅਤੇ ਮਨਾਏ ਜਾਣਗੇ, ਕੋਈ ਵੀ ਮੇਰਾ ਖਿਆਲ ਹੈ ਸਮਾਗਮ ਪੋਲੀਟਿਕਸ ਤੋਂ ਮੁਕਤ ਨਹੀਂ ਹੋਏਗਾ। ਚਲੋ ਆਪਾਂ ਉਸੇ ਗੱਲ 'ਤੇ ਆ ਜਾਈਏ, ਤੁਹਾਡੀ ਗੱਲ 'ਤੇ। ਪੰਜਾਬ ਸਰਕਾਰ 'ਤੇ ਤਾਂ ਆਪਾਂ ਕਹਿ ਦਿੱਤਾ ਵੀ ਇਸ ਕਰਕੇ 350 ਸਾਲਾਂ ਦਾ ਸ਼ੋਸ਼ਾ ਛੱਡਿਆ ਕਿਉਂਕਿ ਫਰਵਰੀ ਦੇ ਵਿੱਚ ਚੋਣਾਂ ਨੇ, ਬਿਲਕੁਲ, ਅਤੇ ਬਿਹਾਰ ਦੇ ਵਿੱਚ ਕੀ ਕਰਨਾ ਸੀ? ਬਿਲਕੁਲ, ਹਾਂ, ਬਿਹਾਰ ਦੇ ਵਿੱਚ ਕੀ ਕਰਨਾ ਸੀ? ਬਿਲਕੁਲ, ਉਹ ਗੱਲ ਤੁਸੀਂ ਕਹਿ ਸਕਦੇ ਹੋ ਕਿ ਬਿਹਾਰ ਸਰਕਾਰ ਨੇ ਕੀ ਕਰਨਾ ਸੀ, ਪਰ ਕਰਨਾ ਹੋਵੇ ਭਾਵੇਂ ਨਾ ਕਰਨਾ ਹੋਵੇ ਜੀ, ਗੱਲ ਤਾਂ ਇਹ ਹੈ ਤੁਸੀਂ ਮਤਲਬ ਕਿਤੇ ਨਾ ਕਿਤੇ ਤਾਂ ਇੱਥੋਂ ਦੀ ਸਰਕਾਰ ਦੀ ਇਨਵੋਲਵਮੈਂਟ ਹੋਵੇਗੀ ਨਾ ਉੱਥੇ? ਨਹੀਂ, ਜਿਹੜਾ ਬਿਹਾਰ ਸਰਕਾਰ ਨੇ ਫੰਕਸ਼ਨ ਕੀਤਾ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਪੰਜਾਬ ਸਰਕਾਰ। ਇੱਕ ਚੀਜ਼ ਦਾ ਜਵਾਬ ਦਿਓ, ਫਰਵਰੀ ਦੇ ਵਿੱਚ ਚੋਣਾਂ, ਆਪਾਂ ਹੁਣੇ ਕਿਹਾ ਵੀ ਜਨਵਰੀ ਦੇ ਵਿੱਚ ਇਹਨਾਂ ਨੇ ਇਹ ਸ਼ੋਸ਼ਾ ਤਾਂ ਛੱਡਿਆ ਆ, ਨਹੀਂ ਤਾਂ ਬਾਕੀ ਗੁਰੂਆਂ ਦੇ ਵੀ 350 ਸਾਲ ਆਏ ਨੇ ਨਹੀਂ ਮਨਾਏ ਇਸ ਪੱਧਰ ਦੇ ਉੱਪਰ, ਹੁਣ ਹੀ ਕਿਉਂ ਕਿਉਂਕਿ ਚੋਣਾਂ ਨੇੜੇ ਨੇ, ਪਰ ਬਿਹਾਰ ਸਰਕਾਰ ਨੇ ਤਾਂ ਇਸ ਤਰ੍ਹਾਂ ਦਾ ਕੋਈ ਲਾਹਾ ਨਹੀਂ ਲੈਣਾ, ਫਿਰ ਉਹਨਾਂ ਨੇ ਕਿਉਂ ਮਨਾਇਆ? ਬਿਹਾਰ ਸਰਕਾਰ ਨੂੰ ਕਿਹਾ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਕਿ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਵਿੱਚ ਜਨਮੇ ਨੇ, ਪ੍ਰਕਾਸ਼ ਧਾਰਿਆ ਉਹਨਾਂ ਨੇ, ਫਿਰ ਆਪਾਂ ਇਹ ਗੱਲ ਕਿਵੇਂ ਕਹਿ ਸਕਦੇ ਹਾਂ ਵੀ ਇਹਨਾਂ ਦਾ ਕੋਈ ਲਾਗਾ ਤੇਗਾ ਨਹੀਂ ਸੀ? ਨਹੀਂ, ਲਾਗਾ ਤੇਗਾ ਫੰਕਸ਼ਨ ਮਨਾਉਣ ਦੇ ਸੰਬੰਧ ਵਿੱਚ ਨਹੀਂ ਸੀ ਜੀ, ਤਿਆਰ ਕਰਨ ਦੇ ਵਿੱਚ ਇਹਨਾਂ ਦੀ ਗੱਲ ਸੀ ਕਿ ਇਹਨਾਂ ਨੇ ਉਹਨਾਂ ਨੂੰ ਤਿਆਰ ਕੀਤਾ
ਕਿ ਤੁਸੀਂ ਤੁਹਾਨੂੰ ਮਨਾਉਣਾ ਚਾਹੀਦਾ ਹੈ। ਪਹਿਲਾਂ ਇਹਨਾਂ ਤਿੰਨਾਂ ਵੱਲੋਂ ਰਲ ਕੇ ਮਨਾਉਣ ਦੀ ਤਿਆਰੀ ਸੀ। ਓਕੇ, ਰਲ ਕੇ ਮਨਾਉਣ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਪੰਜਾਬ ਸਰਕਾਰ ਨੇ ਹੋ ਸਕਦਾ ਆਪਣੇ ਤਰੀਕੇ ਨਾਲ ਉੱਥੇ ਸਟੇਜ ਨੂੰ ਡੋਮੀਨੇਟ ਕਰਨਾ ਹੋਵੇ, ਕੰਟਰੋਲ ਕਰਨਾ ਹੋਵੇ ਜਾਂ ਕੋਈ ਪੋਲੀਟਿਕਸ ਖੇਡਣੀ ਹੋਵੇ, ਪਰ ਉਹ ਬਿਹਾਰ ਸਰਕਾਰ ਮੈਨੂੰ ਲੱਗਦਾ ਹੈ ਕਿ ਉਹ ਭਾਂਪ ਗਈ ਕਿ ਜੇ ਪੰਜਾਬ ਸਰਕਾਰ ਦੀ ਡਾਇਰੈਕਟ ਇਨਵੋਲਵਮੈਂਟ ਹੋਈ ਜਾਂ ਸ਼੍ਰੋਮਣੀ ਕਮੇਟੀ ਦੀ ਡਾਇਰੈਕਟ ਇਨਵੋਲਵਮੈਂਟ ਹੋਈ ਤਾਂ ਸਾਡੇ ਫੰਕਸ਼ਨ ਦੇ ਵਿੱਚ ਸਿਆਸਤ ਆ ਜਾਏਗੀ। ਕੀ ਬਾਤ ਹੈ, ਉਹਨਾਂ ਨੇ ਇਹ ਗੱਲ ਨਹੀਂ ਹੋਣ ਦਿੱਤੀ। ਠੀਕ ਹੈ ਨਾ, ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਵੀ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਕਿ ਜੇ ਉਹ ਸਿੰਸੀਅਰਲੀ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਪ੍ਰੋਗਰਾਮ ਬਣਾਉਣਾ ਚਾਹੁੰਦੀਆਂ ਨੇ ਤਾਂ ਇਹ ਸਿਆਸਤ ਤੋਂ ਉੱਪਰ ਹੋਣਾ ਚਾਹੀਦਾ। ਸਿਆਸਤ ਤੋਂ ਉੱਪਰ ਹੋ ਕੇ ਦੂਜੇ ਨੰਬਰ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਗੱਲ ਕਰਨੀ ਚਾਹੀਦੀ ਹੈ। ਪਹਿਲੇ ਤੌਰ 'ਤੇ ਜੀ ਮਿਸ਼ਨ ਹੈ ਉਹਦਾ ਗਰੀਬਾਂ ਦੀ ਰੱਖਿਆ ਕਰਨੀ, ਗਰੀਬ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਜੀ, ਗਰੀਬ ਨੂੰ ਰੋਟੀ ਰੋਜ਼ੀ ਪੈਦਾ ਕਰਨ ਦੇ ਮੌਕੇ ਦੇਣੇ ਜੀ, ਗਰੀਬ ਦਾ ਸਤਿਕਾਰ ਹੋਣਾ ਜੀ, ਗਰੀਬ ਨੂੰ ਇਹ ਮਹਿਸੂਸ ਕਰਾਉਣਾ ਕਿ ਮੈਂ ਵੀ ਉਤਨਾ ਹੀ ਸਿੰਘ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਤਨੇ ਸਿੰਘ ਇਹ ਵੱਡੀਆਂ ਜਾਤਾਂ ਵਾਲੇ ਨੇ। ਅਜੇ ਤੱਕ ਉਹਦੇ ਮਨ ਦੇ ਵਿੱਚ ਇਹ ਐਸੀ ਗੱਲ ਕਿ ਆ ਜੀਏ ਤੁਸੀਂ ਇਹ ਗੱਲ ਕਹਿ ਦਿੱਤੀ ਕਿ ਮਨਾਉਣੇ ਚਾਹੀਦੇ ਨੇ ਇਸ ਢੰਗ ਦੇ ਨਾਲ ਜਿਵੇਂ ਉੱਥੇ, ਹੈ ਨਾ। ਚਲੋ ਇਹ ਤਾਂ ਇੱਕ ਉਦਾਹਰਣ ਹੋ ਗਈ। ਓਕੇ, ਪਰ ਜੇ ਹੁਣ ਇਸੇ ਗੱਲ ਦੇ ਉੱਪਰ ਆ ਜਾਈਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜੇ ਪੰਜ ਪਿਆਰੇ ਵੀ ਨੇ ਤੇ ਸਭਨਾਂ ਨੂੰ ਪਤਾ ਵੀ ਵੱਖੋ ਵੱਖਰੀਆਂ ਜਾਤਾਂ ਦੇ ਨੇ, ਉਹ ਇੱਕ ਸਾਡੇ ਵਿੱਚ ਸੰਕਲਪ ਜਾਂ ਇੱਕ ਸਿਧਾਂਤ ਸਾਨੂੰ ਦੇ ਦਿੱਤਾ, ਸਾਡੇ ਤੇ ਗੁਰਦੁਆਰੇ ਦੇ ਵਿੱਚ ਵੀ ਵੱਖੋ ਵੱਖਰੀਆਂ ਜਾਤਾਂ ਦੇ ਰਲ ਕੇ ਅਸੀਂ ਕਮੇਟੀ ਨਹੀਂ ਬਣਾਉਂਦੇ, ਅਸੀਂ ਬਹੁਤ ਦੂਰ ਜਾ ਚੁੱਕੇ। ਕੌਣ ਪੇਸ਼ ਕਰੇਗਾ? ਦੇਖੋ, ਪੇਸ਼ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਰਨੀਆਂ ਚਾਹੀਦੀਆਂ ਨੇ ਜਾਂ ਉਹਦੇ ਪ੍ਰਚਾਰਕਾਂ ਨੂੰ। ਠੀਕ ਹੈ ਨਾ, ਸਮਾਗਮਾਂ ਦੇ ਉੱਪਰ ਵੀ ਤੁਸੀਂ ਇਹ ਵਿਚਾਰਾਂ ਕਿਉਂ ਨਹੀਂ ਦਿੰਦੇ ਵੀ ਇਹ ਤੁਹਾਡੀ ਸ਼ੋਸ਼ੇਬਾਜ਼ੀ ਹੈ ਔਰ ਤੁਸੀਂ 2017 ਦਾ ਲਾਹਾ ਲੈਣਾ, ਅਸੀਂ ਤੁਹਾਨੂੰ ਇਹ ਲਾਹਾ ਲੈਣ ਨਹੀਂ ਦੇਣਾ। ਮੈਂ ਉਹਨਾਂ ਦੇ ਸਮਾਗਮਾਂ ਵਿੱਚ ਜਾ ਕੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੁੰਦਾ ਜਦੋਂ ਕਿ ਗੱਲਾਂ ਕਰਨ ਦੀ ਜਿਸ ਸਮੇਂ ਦੇ ਮੁਤਾਬਕ ਲੋੜ ਹੁੰਦੀ ਹੈ ਮੈਂ ਗੱਲਾਂ ਉਹੀ ਕਰਦਾ ਹੁੰਦਾ, ਮੈਨੂੰ ਉਹ ਬੁਲਾਉਣੋਂ ਹਟ ਗਏ। ਠੀਕ ਹੈ, ਸ਼੍ਰੋਮਣੀ ਬਿਲਕੁਲ ਹੀ, ਹਾਂ ਮੈਨੂੰ ਉਹ ਬਿਲਕੁਲ ਹੀ ਬੁਲਾਉਣੋਂ ਹਟ ਗਈ। ਉਹਨਾਂ ਨੇ ਆਪਦੀ ਬਲੈਕ ਲਿਸਟ ਵਿੱਚ ਪਾ ਲਿਆ ਮੇਰਾ ਨਾਂ ਕਿ ਇਸ ਬੰਦੇ ਨੂੰ ਅੱਗੇ ਤੋਂ ਨਹੀਂ ਬੁਲਾਉਣਾ। ਠੀਕ ਹੈ, ਇਸ ਕਰਕੇ ਮੈਂ ਉਹਨਾਂ ਦੇ ਸਮਾਗਮਾਂ ਵਿੱਚ ਤਾਂ ਜਾ ਨਹੀਂ ਸਕਦਾ ਜੀ, ਪਰ ਜਦੋਂ ਵੀ ਮੈਂ ਜਾਵਾਂਗਾ ਤੁਸੀਂ ਕਦੇ ਦੇਖੋਗੇ ਮੈਨੂੰ ਸ਼੍ਰੋਮਣੀ ਕਮੇਟੀ ਦੇ, ਜੇ ਕਿਤੇ ਭੁੱਲੇ ਭਟਕੇ ਉਹਨਾਂ ਨੇ ਮੈਨੂੰ ਬੁਲਾ ਵੀ ਲੈਣ ਤਾਂ ਮੈਂ ਗੱਲਾਂ ਇਹੀ ਕਰਾਂਗਾ ਕਿ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਸਾਹਮਣੇ ਰੱਖਣਾ ਚਾਹੀਦਾ ਜੀ, ਨਾ ਕਿ ਕਿਸੇ ਪਾਰਟੀ ਦੇ ਮਿਸ਼ਨ ਨੂੰ ਜੀ। ਜਿਹੜਿਆਂ ਜਦੋਂ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸੈਮੀਨਾਰਾਂ ਵਿੱਚ ਮੈਂ ਜਾਂਦਾ, ਮੈਂ ਉੱਥੇ ਇਹੀ ਗੱਲਾਂ ਬੋਲਦਾ ਹੁੰਦਾ ਜੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਗੱਲ ਕਰਨੀ ਚਾਹੀਦੀ ਹੈ ਜੀ। ਸਾਨੂੰ ਅੱਜ ਕੱਲ੍ਹ ਦੇ ਪੋਲੀਟੀਕਲ ਪ੍ਰੋਗਰਾਮ ਦੇ ਅਨੁਸਾਰ ਨਹੀਂ ਆਪਣੇ ਆਪ ਨੂੰ ਜੀ ਹਜ਼ੂਰੀਏ ਬਣਾਉਣਾ ਚਾਹੀਦਾ, ਭਾਵੇਂ ਉਹ ਦਿੱਲੀ ਮੈਂ ਜਾ ਕੇ ਬੋਲਦਾ ਰਿਹਾ, ਭਾਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਮੀਨਾਰਾਂ 'ਚ ਬੋਲਦਾ ਰਿਹਾ, ਭਾਵੇਂ ਕਿਤੇ ਹੋਰ ਜਾ ਕੇ ਬੋਲਦਾ ਰਿਹਾ, ਗੱਲ ਮੇਰੀ ਇਹੀ ਹੁੰਦੀ ਹੈ। ਪਰ ਪ੍ਰੋਬਲਮ ਮੱਖੂ ਸਾਹਿਬ ਇਹ ਹੈ ਕਿ ਬਾਹਰਲੇ ਸੈਮੀਨਾਰਾਂ ਵਿੱਚ ਤਾਂ ਬੋਲ ਨਹੀਂ ਦੇ ਜੀ, ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮਾਂ ਵਿੱਚ ਕਿਉਂਕਿ ਉਹ ਇਨਵਾਈਟ ਹੀ ਨਹੀਂ ਕਰਦੇ ਅਤੇ ਉੱਥੇ ਬੋਲਣ ਤੋਂ ਅਸਮਰੱਥ ਹੈ। ਚਲੋ, ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਬੁਲਾਉਣਾ ਛੱਡਤਾ, ਓਕੇ, ਤੁਸੀਂ ਦੱਸਿਆ ਵੀ ਉਹਨਾਂ ਨੇ ਤੁਹਾਨੂੰ ਬਲੈਕ ਲਿਸਟ ਕਰ ਦਿੱਤਾ, ਬਿਲਕੁਲ ਬਿਲਕੁਲ, ਕੋਈ ਗੱਲ ਨਹੀਂ, ਪਰ ਤੁਹਾਡੇ ਕੋਲ ਹੁਣ ਵੀ ਬਹੁਤ ਜ਼ਿਆਦਾ ਸੈਮੀਨਾਰ ਬੁੱਕ ਨੇ ਪੰਜਾਬ ਦੇ ਵੀ ਔਰ ਆਊਟ ਆਫ ਪੰਜਾਬ ਦੇ ਵੀ, ਔਰ ਕਾਫੀ ਸੈਮੀਨਾਰ ਤੁਸੀਂ ਅਟੈਂਡ ਕਰ ਚੁੱਕੇ ਹੋ, ਬਿਲਕੁਲ ਬਿਲਕੁਲ, ਯੂਟਿਊਬ ਤੇ ਪਏ ਹੋਏ ਨੇ, ਵਟਸਐਪ ਹੋ ਰਹੇ ਨੇ, ਔਰ ਤੁਸੀਂ ਵਿਭਾਗ ਬੋਲੇ ਹੋ, ਇਹ ਜੋ ਕੁਛ ਤੁਸੀਂ ਬੋਲਦੇ ਪਏ ਹੋ ਇਹਦੀ ਤੁਹਾਨੂੰ ਹੁਣ ਤੱਕ ਕੁਛ ਪ੍ਰਾਪਤੀ ਵੀ ਹੋਈ ਹੈ? ਹਾਂ, ਅਸੀਂ ਇਹਨਾਂ ਪ੍ਰਾਪਤੀਆਂ ਨੂੰ ਤੁਹਾਡੇ ਕੋਲੋਂ ਜ਼ਰੂਰ ਜਾਣਾਂਗੇ, ਪਰ ਦਰਸ਼ਕੋ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274809 06 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।
ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਤੁਹਾਡੇ ਆਪਣੇ ਪ੍ਰੋਗਰਾਮ ਗੁਰ ਕੀ ਬਾਤ ਵਿੱਚ। ਮੇਰੇ ਨਾਲ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਫੈਸਰ ਸੁਖਦਿਆਲ ਸਿੰਘ, ਜਿਨ੍ਹਾਂ ਨੇ ਬੜੇ ਸੈਮੀਨਾਰ ਅਟੈਂਡ ਕੀਤੇ ਨੇ 350 ਸਾਲਾਂ ਦੇ ਉੱਪਰ, ਭਾਵੇਂ 350 ਸਾਲਾਂ ਨੂੰ ਸ਼ੋਸ਼ਾ ਕਹਿ ਰਹੇ ਨੇ ਪਰ ਫਿਰ ਵੀ ਅਟੈਂਡ ਕਰਦੇ ਨੇ। ਮੈਂ ਕਹਿੰਦਾ ਮੈਂ ਕੋਈ ਐਸੀ ਗੱਲ ਨਹੀਂ, ਜਾ ਕੇ ਸੱਚ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਨੇ, ਜਿਹਦੇ ਕਰਕੇ ਕੁਝ ਸੱਤਾਧਾਰੀ ਧਿਰਾਂ ਇਹਨਾਂ ਨੂੰ ਆਪਣੀ ਲਿਸਟ ਦੇ ਵਿੱਚ ਇਸ ਤਰੀਕੇ ਦਾ ਦੇ ਦਿੱਤਾ ਕਿ ਇਹਨਾਂ ਨੂੰ ਅਸੀਂ ਨਹੀਂ ਬੁਲਾਉਣਾ, ਜਿਨ੍ਹਾਂ ਨੂੰ ਇਹਨਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਵੀ ਮੈਨੂੰ ਬਲੈਕਲਿਸਟ ਕਰ ਚੁੱਕੇ ਨੇ। ਪਰ ਬਹੁਤੀਆਂ ਥਾਵਾਂ ਨੇ ਜਿੱਥੇ ਜਾ ਕੇ ਬੋਲੇ ਨੇ। ਪ੍ਰੋਫੈਸਰ ਸਾਹਿਬ, ਸਾਨੂੰ ਇਹ ਜਾਣਕਾਰੀ ਦਿਓ ਵੀ ਜਿੱਥੇ ਜਿੱਥੇ ਹੁਣ ਤੱਕ ਤੁਸੀਂ ਬੋਲੇ ਹੋ, ਅਗਾਂਹ ਵੀ ਜਾ ਕੇ ਬੋਲਣਾ, ਇਹਦੇ ਵਿੱਚ ਤੁਹਾਨੂੰ ਕੀ ਪ੍ਰਾਪਤੀ ਕੀ ਹੋਈ ਹੈ ਜਾਂ ਕੌਮ ਨੂੰ ਕੀ ਪ੍ਰਾਪਤ ਹੋਇਆ? ਦੇਖੋ, ਪਹਿਲੀ ਗੱਲ ਮੱਖੂ ਸਾਹਿਬ, ਇਹ ਸਮਝ ਲਓ ਕਿ ਜਿੱਥੇ ਜਿੱਥੇ ਜਾ ਕੇ ਮੈਂ ਬੋਲਿਆ ਉਹ ਸ਼੍ਰੋਮਣੀ ਕਮੇਟੀ ਦੇ ਫੰਕਸ਼ਨ ਨਹੀਂ ਸਨ। ਕਲੀਅਰ ਹੋ ਗਿਆ, ਪੰਜਾਬ ਸਰਕਾਰ ਦੇ ਵੀ ਫੰਕਸ਼ਨ ਕਲੀਅਰਲੀ ਨਹੀਂ ਸਨ ਜੀ, ਠੀਕ ਹੈ ਨਾ। ਉਹ ਇਹਨਾਂ ਤੋਂ ਅਲੱਗ ਹੋਰ ਸੰਸਥਾਵਾਂ ਦੇ ਫੰਕਸ਼ਨ ਸਨ ਜੀ, ਅਤੇ ਇਸ ਕਰਕੇ ਉਹਨਾਂ ਉਹ ਬੁਲਾ ਲੈਂਦੇ ਸਨ। ਅਤੇ ਲੇਕਿਨ ਅਕਾਦਮਿਕਲੀ ਜਾਂ ਅਕਾਦਮਿਕ ਤੌਰ 'ਤੇ ਜਿਹੜਾ ਮੈਂ ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੇ ਹੱਕ ਵਿੱਚ ਬੋਲ ਸਕਦਾ ਸੀ ਜੀ, ਉਹ ਕੁਛ ਮੈਂ ਉੱਥੇ ਬੋਲਦਾ ਰਿਹਾ ਜੀ, ਨਿਰਪੱਖ ਅਤੇ ਨਿਰਭੈ ਹੋ ਕੇ ਬੋਲਦਾ ਰਿਹਾ, ਕਿਉਂਕਿ ਮੈਨੂੰ ਕਿਸੇ ਦੀ ਝਿਜਕ ਨਹੀਂ ਉੱਥੇ ਜੀ, ਜਿੰਨੀ ਕੁ ਮੇਰੀ ਲਿਆਕਤ ਹੈ। ਪਰ ਹੁਣ ਤੱਕ ਇਹ ਸੈਮੀਨਾਰਾਂ ਦੇ ਵਿੱਚੋਂ ਲੱਭਾ ਕੀ ਪ੍ਰਾਪਤੀ ਕੀ ਹੋਈ ਹੈ? ਦੇਖੋ, ਸੈਮੀਨਾਰਾਂ ਦੇ ਵਿੱਚੋਂ ਬਹੁਤ ਕੁਛ ਲੱਭ ਸਕਦਾ ਅਤੇ ਲੱਭਿਆ ਜਾਣਾ ਚਾਹੀਦਾ ਹੈ ਜੀ। ਇੱਕ ਤਾਂ ਇਹ ਕਿ ਉੱਥੇ ਜਿਹੜਾ ਕੁਛ ਤੁਸੀਂ ਸਟੱਡੀ ਕਰਦੇ ਹੋ ਆਪਣੇ ਤੌਰ 'ਤੇ, ਸਪੋਜ਼ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਸੈਮੀਨਾਰ ਹੋ ਰਹੇ ਨੇ, ਤੁਸੀਂ ਜਿਹੜਾ ਕੁਛ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਟੱਡੀ ਕੀਤਾ ਜੀ ਹੁਣ ਤੱਕ ਆਪਣੇ ਤੌਰ 'ਤੇ, ਉਸ ਸਟੱਡੀ ਕੀਤੇ ਹੋਏ ਵਿਚਾਰਾਂ ਨੂੰ ਤੁਸੀਂ ਲੋਕਾਂ ਨਾਲ ਜਾ ਕੇ ਸਾਂਝੇ ਕਰਦੇ ਹੋ ਜੀ। ਹੋਰ ਕੋਈ ਕਰੇ ਭਾਵੇਂ ਨਾ ਕਰੇ, ਉਹਨਾਂ ਨਾਲ ਕੋਈ ਤਲਕ ਨਹੀਂ ਜੀ, ਤੁਸੀਂ ਖੁਦ ਜੀ ਜਦੋਂ ਆਪਾਂ ਸਾਂਝੇ ਕਰਦੇ ਹਾਂ, ਜਿਹੜੀ ਪਹਿਲੀ ਮਿਨੀਮਮ ਜਿਹੜੀ ਤੁਸੀਂ ਪ੍ਰਾਪਤੀ ਤੁਹਾਨੂੰ ਹੁੰਦੀ ਹੈ, ਉਹ ਤੁਹਾਡੇ ਵਿਚਾਰਾਂ ਨੂੰ ਆਡੀਅੰਸ ਕਿਸ ਤਰ੍ਹਾਂ ਲੈਂਦੀ ਹੈ ਜੀ, ਆਡੀਅੰਸ ਰਿਐਕਟ ਕਰਦੀ ਹੈ ਜਾਂ ਉਹ ਐਕਸੈਪਟ ਕਰਦੀ ਹੈ, ਇਹਦੇ ਨਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜੋ ਕੁਛ ਤੁਸੀਂ ਬੋਲ ਰਹੇ ਹੋ ਸਟੱਡੀ ਕਰਕੇ ਉਹ ਕਿੰਨਾ ਕੁ ਲੋਕਾਂ ਨੂੰ ਅਪੀਲ ਕਰਦਾ ਹੈ ਜੀ। ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਲੱਗਦਾ ਹੈ। ਓਕੇ, ਫਿਰ ਜਿਸ ਤਰ੍ਹਾਂ ਦਾ ਆਡੀਅੰਸ ਰਿਸਪੋਂਸ ਦਿੰਦੀ ਹੈ, ਰਿਐਕਟ ਕਰਦੀ ਹੈ, ਪ੍ਰਸ਼ਨ ਕਰਦੀ ਹੈ, ਸਵਾਲ ਕਰਦੀ ਹੈ, ਉਹਦੇ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਆਡੀਅੰਸ ਚਾਹੁੰਦੀ ਕੀ ਹੈ ਜੀ। ਆਡੀਅੰਸ ਵਾਕਈ ਇਹੀ ਗੱਲ ਚਾਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਵਸ ਤਾਂ ਮਨਾਇਆ ਜਾ ਰਿਹਾ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਦੀ ਗੱਲ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ ਜੀ। ਇਹਨਾਂ ਗੱਲਾਂ ਦਾ ਇੱਕ ਤਾਂ ਪਤਾ ਲੱਗਦਾ ਰਹਿੰਦਾ। ਦੂਜੀ ਗੱਲ ਇਹ ਕਿ ਮੈਂ ਕੋਸ਼ਿਸ਼ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਪ੍ਰੋਪਰ ਤਰੀਕੇ ਨਾਲ ਆਡੀਅੰਸ ਨਾਲ ਸਾਂਝਾ ਕੀਤਾ ਜਾਵੇ ਜੀ। ਮੈਂ ਹਿਸਟਰੀ ਦਾ ਵਿਦਿਆਰਥੀ ਹਾਂ, ਹਿਸਟੋਰੀਅਨ ਹਾਂ ਜੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਹਿਸਟਰੀ ਦੇ ਵਿੱਚ ਕੰਟਰਾਡਿਕਸ਼ਨਜ਼ ਨੇ, ਸੈਮੀਨਾਰ ਇੱਕ ਐਸੀ ਸਟੇਜ ਹੈ ਇੱਕ ਵਿਦਵਾਨ ਲਈ ਜੀ, ਜਿੱਥੇ ਕਿ ਉਹ ਆਪਣੇ ਤਰੀਕੇ ਨਾਲ ਆਪਣੀ ਸਟੱਡੀ ਕਰਨ ਦੇ ਤਰੀਕੇ ਨਾਲ ਬੋਲ ਸਕਦਾ ਹੈ, ਜਿਹੜੀ ਗੱਲ 'ਤੇ ਉਹਨੂੰ ਕਿੰਤੂ ਪਰੰਤੂ ਹੈ ਉਸ ਗੱਲ ਨੂੰ ਵੀ ਲੋਕਾਂ ਸਾਹਮਣੇ ਰੱਖ ਸਕਦਾ, ਜਿਹੜੀ ਗੱਲ ਨੂੰ ਉਹ ਠੀਕ ਸਮਝਦਾ ਉਹਨੂੰ ਵੀ ਠੀਕ ਬੋਲ ਸਕਦਾ। ਉੱਥੇ ਤੁਹਾਡੀ ਗੱਲ ਇੱਕ ਕਲੀਅਰ ਹੋ ਜਾਂਦੀ ਹੈ ਕਿ ਤੁਹਾਡੀ ਜਿਹੜੀ ਅਪਰੋਚ ਹੈ ਤੁਸੀਂ ਠੀਕ ਅਪਰੋਚ ਅਪਣਾ ਰਹੇ ਹੋ ਜਾਂ ਗਲਤ ਅਪਰੋਚ ਅਪਣਾ ਰਹੇ ਹੋ। ਫਾਇਦਾ ਤਾਂ ਹੁੰਦਾ ਬਹੁਤ, ਇੱਕ ਗੱਲ ਨਿਖਰ ਕੇ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ, ਪੇਪਰ ਤੁਹਾਨੂੰ ਤੁਸੀਂ ਲਿਖਦੇ ਹੋ, ਅੱਜ ਇੱਕ ਸੈਮੀਨਾਰ 'ਚ ਬੋਲਿਆ ਹੈ ਤੁਸੀਂ, ਉੱਥੇ ਤੁਹਾਨੂੰ ਇੱਥੇ ਪਤਾ ਲੱਗ ਗਿਆ ਕਿ ਮੇਰੇ ਲੈਕਚਰ 'ਚ ਆਹ ਕਮੀਆਂ ਪੇਸ਼ੀਆਂ ਨੇ, ਤੁਸੀਂ ਆ ਕੇ ਉਹਨਾਂ ਨੂੰ ਦੂਰ ਕਰ ਲੈਂਦੇ ਹੋ ਜੀ। ਇਹ ਬਹੁਤ ਵੱਡਾ ਫਾਇਦਾ ਹੈ, ਠੀਕ ਹੈ ਨਾ, ਨਿਖਰ ਜਾਂਦੀ ਹੈ ਚੀਜ਼, ਨਿਖਰ ਜਾਂਦੀ ਹੈ। ਪਰ ਇਹ ਤੇ ਉਹ ਸੈਮੀਨਾਰ ਨੇ ਜਿੱਥੇ ਤੁਹਾਨੂੰ ਬੁਲਾਇਆ ਜਾ ਰਿਹਾ। ਓਕੇ, ਹਾਂ, ਇੱਕ ਸੱਦਾ ਆ, ਤੁਸੀਂ ਆਪਣੇ ਪੱਧਰ ਦੇ ਉੱਪਰ ਕੀ ਕੀਤਾ ਆ? ਕਿਉਂਕਿ ਉਹ ਤੇ ਉਹ ਲੋਕ ਨੇ ਨਾ ਜਿਨ੍ਹਾਂ ਨੂੰ ਸਾਰੀ ਨੌਲੇਜ ਹੈ, ਉਹ ਲੋਕ ਉੱਥੇ ਆਏ ਨੇ, ਜਿਵੇਂ ਹੁਣ ਜਿਨ੍ਹਾਂ ਨੂੰ ਅਸੀਂ ਸਿਧਾਂਤ ਦੱਸਣਾ ਆ ਜਿਹੜੇ ਟੁੱਟ ਚੁੱਕੇ ਨੇ, ਜਿਨ੍ਹਾਂ ਦੀ ਆਪਾਂ ਹੁਣੇ ਗੱਲ ਕਰਕੇ ਹਟੇ, ਤੁਸੀਂ 80% ਦਾ ਜ਼ਿਕਰ ਕੀਤਾ ਆ, ਉਸ 80% ਨੂੰ ਜੋੜਨ ਦੇ ਲਈ ਅਸੀਂ ਪਿੰਡਾਂ ਪੱਧਰ ਦੇ ਵਿੱਚ ਜਾ ਕੇ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਭਾਈ ਭਾਂਡੇ ਵੱਖੋ ਵੱਖਰੇ ਹੁੰਦੇ ਸੀ ਪਰ ਬਾਟਾ ਇੱਕ ਕਰਵਾਤਾ? ਹਾਂ, ਬਿਲਕੁਲ ਬਿਲਕੁਲ, ਤੁਹਾਡੇ ਉਹ ਤੁਹਾਡੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ ਆ, ਇਹ ਕਿਸੇ ਨੇ ਨਹੀਂ। ਇਹਦੇ ਲਈ ਨਾ ਤਾਂ ਤੁਹਾਨੂੰ ਮੇਰੇ ਖਿਆਲ ਸ਼੍ਰੋਮਣੀ ਕਮੇਟੀ ਸਹਿਯੋਗ ਕਰੇਗੀ, ਨਾ ਪੰਜਾਬ ਸਰਕਾਰ ਕਰੇਗੀ, ਕੋਈ ਕੋਈ ਸਹਿਯੋਗ, ਨਾ ਹੀ ਕਿਸੇ ਨੇ ਸੱਦਾ ਦੇਣਾ। ਇਹ ਤੇ ਆਪਣੇ ਪੱਧਰ ਦੇ ਉੱਪਰ ਤੁਸੀਂ ਕਰ ਸਕਦੇ ਹੋ, ਇਹ ਤੇ ਤੁਸੀਂ ਦੇਖੋ ਜੀ, ਅਜੇ ਤੱਕ ਇਸ ਪੱਧਰ ਦਾ ਪ੍ਰੋਗਰਾਮ ਕੋਈ ਨਹੀਂ ਹੋਇਆ ਮੱਖੂ ਸਾਹਿਬ ਜੀ, ਕਿ ਗਰੀਬ ਲੋਕਾਂ ਦੇ ਵਿੱਚ ਜਾ ਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਪ੍ਰਚਾਰ ਦੇ ਹੋਈਏ ਜੀ। ਇਹ ਇਸ ਪੱਧਰ ਦਾ ਕੋਈ ਫੰਕਸ਼ਨ ਨਹੀਂ ਹੋਇਆ, ਪਿੰਡਾਂ ਦੇ ਗਰੀਬ ਤਬਕੇ ਵਿੱਚ ਕੋਈ ਨਹੀਂ ਗਿਆ ਜੀ, ਨਾ ਵਿਦਵਾਨ ਜੀ, ਨਾ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਚਾਰਕ ਜੀ, ਨਾ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਜੀ। ਲੋੜ ਹੈ ਉਹਨਾਂ ਵਿੱਚ ਜਾਣ ਦੀ ਜੀ,
ਉਹਨਾਂ ਦੇ ਵਿਹੜਿਆਂ ਵਿੱਚ ਖੜ ਕੇ ਗਿਆ ਆ ਉਹਨੂੰ ਉਹ ਸਿਧਾਂਤ ਆਪ ਨੂੰ ਕਲੀਅਰ ਨੇ ਜਿਹੜਾ ਗਿਆ ਆ ਜਿਹਨੂੰ ਸਿਧਾਂਤ ਕਲੀਅਰ ਹੈ ਜਿਵੇਂ ਕਿ ਤੁਹਾਡੇ ਵਰਗੇ ਪ੍ਰੋਫੈਸਰ ਲੋਕ ਜਿਹੜੇ ਨੇ ਜਿਹਨਾਂ ਨੂੰ ਸਿਧਾਂਤ ਕਲੀਅਰ ਉਹ ਉੱਥੇ ਗਏ ਨੇ ਇਹਨੂੰ ਤੁਸੀਂ ਕਿਸ ਰੂਪ 'ਚ ਲੈਂਦੇ ਹੋ ਆਪਣੀ ਸ਼ਾਨ ਦੇ ਖਿਲਾਫ ਲੈਂਦੇ ਹੋ ਨਹੀਂ ਮੇਰਾ ਖਿਆਲ ਹੈ ਕਿ ਗਰੀਬ ਆਵਾਜ਼ ਨੂੰ ਸਮਝਣ ਵਾਲੇ ਉਹ ਲੋਕ ਨਹੀਂ ਜਾਂ ਇਹਨਾਂ ਦਾ ਉਹ ਕੱਦ ਨਹੀਂ ਇਹਦਾ ਕਾਰਨ ਕੀ ਨਹੀਂ ਮੇਰਾ ਖਿਆਲ ਹੈ ਕਿ ਗਰੀਬ ਤਬਕੇ ਵਿੱਚ ਅਜੇ ਕੋਈ ਨਹੀਂ ਗਿਆ ਜੀ ਹੋ ਸਕਦਾ ਗਰੀਬ ਤਬਕੇ ਵਿੱਚ ਅਜੇ ਤੱਕ ਕੋਈ ਨਹੀਂ ਗਿਆ ਨਾ ਵਿਦਵਾਨ ਜੀ ਸੈਮੀਨਾਰ 'ਚ ਬੋਲਣ ਵਾਲੇ ਜੀ ਨਾ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਜੀ ਨਾ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਆਏ ਮਹੀਨੇ ਦਾਅਵਾ ਕਰਦੇ ਨੇ ਵੀ ਇਸ ਪਿੰਡ ਦੇ ਵਿੱਚ 15 ਦਿਨ ਦਾ ਸੀ ਆਪ ਪ੍ਰੋਗਰਾਮ ਕਰਕੇ ਆਏ ਆ ਉਹ ਪੋਲਿਟਿਕਸ ਫਿਰ ਉੱਥੇ ਅਪੜੇਗਾ ਉਹ ਪੋਲਿਟਿਕਸ ਨਹੀਂ ਉਹ ਇਹ ਫਿਰ ਆਪਣੀ ਗੱਲ ਡਾਈਵਰਟ ਹੋ ਜਾਏਗੀ ਉਹ ਸਾਰੀ ਉਹਨਾਂ ਦੀ ਉਹ ਇੱਕ ਗੱਲ ਨੂੰ ਖੂਹ ਖਾਤੇ ਪਾਉਣ ਵਾਲੀ ਗੱਲ ਹੈ ਜੀ ਇੱਕ ਕਿਸੇ ਵਿਚਾਰ ਨੂੰ ਖੂਹ ਖਾਤੇ ਪਾਉਣ ਵਾਲੀ ਗੱਲ ਹੈ ਗਰੀਬ ਤਬਕੇ ਵਿੱਚ ਅਜੇ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਮਿਸ਼ਨ ਨੂੰ ਲੈ ਕੇ ਕੋਈ ਨਹੀਂ ਗਿਆ ਜੀ ਪੰਜਾਬ ਦੇ ਵਿੱਚ ਮਾਲਵੇ ਦੇ ਪਿੰਡਾਂ ਵਿੱਚ ਅੱਧੇ ਤੋਂ ਵੱਧ ਆਬਾਦੀ ਗਰੀਬ ਤਬਕੇ ਦੀ ਹੈ ਸ਼ਡਿਊਲ ਕਾਸਟ ਲੋਕਾਂ ਦੀ ਹੈ ਜਿਹੜੇ ਕਿ ਗੁਰਸਿੱਖ ਨੇ ਸ਼ਕਲ ਸੂਰਤ ਤੋਂ ਲੇਕਿਨ ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਲੈ ਕੇ ਕੋਈ ਨਹੀਂ ਗਿਆ ਉਹਨਾਂ ਦੇ ਘਰਾਂ ਵਿੱਚ ਕੋਈ ਜਾ ਕੇ ਰੋਟੀ ਨਹੀਂ ਕਿਸੇ ਨੇ ਖਾਣੀ ਸ਼ੁਰੂ ਕੀਤੀ ਜਦ ਤੱਕ ਅਸੀਂ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਬਰਾਬਰ ਬਹਿ ਕੇ ਰੋਟੀ ਨਹੀਂ ਖਾਵਾਂਗੇ ਉਹਨਾਂ ਦੇ ਹੱਥਾਂ 'ਚੋਂ ਲੈ ਕੇ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਪੂਰਾ ਨਹੀਂ ਹੋਏਗਾ ਜਦ ਤੱਕ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਅਹਿਸਾਸ ਨਹੀਂ ਹੋਣ ਦੇਵਾਂਗੇ ਕਿ ਇਹ ਗੁਰਦੁਆਰਾ ਸਾਡਾ ਹੈ ਉਦੋਂ ਤੱਕ ਗੁਰੂ ਗੋਬਿੰਦ ਸਿੰਘ ਦਾ ਮਿਸ਼ਨ ਪੂਰਾ ਨਹੀਂ ਹੋਏਗਾ ਭਾਵੇਂ ਜਿੰਨੀਆਂ ਮਰਜ਼ੀ ਸ਼ਤਾਬਦੀਆਂ ਅਤੇ ਅਰਧ ਸ਼ਤਾਬਦੀਆਂ ਮਨਾ ਲਓ ਇਹ ਗੱਲਾਂ ਅਸੀਂ ਕਰ ਨਹੀਂ ਰਹੇ ਇਸ ਕਰਕੇ ਉਹ ਗੱਲ ਨਹੀਂ ਸੌਰ ਰਹੀ ਜਿਹੜੀ ਗੱਲ ਨੂੰ ਅਸੀਂ ਸੰਵਾਰਨਾ ਚਾਹੁੰਦੇ ਹਾਂ ਫਿਰ ਆਪਾਂ ਇਹਦਾ ਨਿਚੋੜ ਕੱਢੀਏ ਹਾਂ ਜੇ ਆਪਾਂ ਨੂੰ ਲੱਗਦਾ ਕਿ ਇਹਨਾਂ ਸ਼ਤਾਬਦੀਆਂ ਦੇ ਰਾਹੀਂ ਸਾਡਾ ਉਹ ਮਸਲਾ ਹੱਲ ਨਹੀਂ ਹੁੰਦਾ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਨਹੀਂ ਹੋ ਰਿਹਾ ਫਿਰ ਇਹਦਾ ਢੰਗ ਬਦਲੀਏ ਜਾਂ ਕੀ ਕਰੀਏ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਦੱਸਣ ਦਾ ਯਤਨ ਕਰੋ ਵੀ ਅਸੀਂ ਕੀ ਕਰੀਏ ਫਿਰ ਦੇਖੋ ਢੰਗ ਤਾਂ ਪੂਰੇ ਦਾ ਪੂਰਾ ਬਦਲਾਉਣਾ ਚਾਹੀਦਾ ਹੈ ਪਰ ਬਦਲਾਓ ਕੌਣ ਸ਼੍ਰੋਮਣੀ ਕਮੇਟੀ ਨੂੰ ਤੁਸੀਂ ਬਦਲਾ ਨਹੀਂ ਸਕਦੇ ਅਤੇ ਪੰਜਾਬ ਸਰਕਾਰ ਨੂੰ ਤੁਸੀਂ ਮਜਬੂਰ ਨਹੀਂ ਕਰ ਸਕਦੇ ਅਤੇ ਹੋਰ ਕੋਈ ਢੰਗ ਤਰੀਕਾ ਹੈ ਨਹੀਂ ਆਪਣੇ ਤੌਰ 'ਤੇ ਤੁਸੀਂ ਇੱਕ ਪ੍ਰਚਾਰ ਦੀ ਮੁਹਿੰਮ ਚਲਾ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਉਹ ਸੋਰਸ ਨਹੀਂ ਹੈਗੇ ਇੱਕ ਕੇਂਦਰੀ ਲੀਡਰਸ਼ਿਪ ਵੀ ਚਾਹੀਦੀ ਹੈ ਕਿਸੇ ਮੁਹਿੰਮ ਨੂੰ ਸ਼ੁਰੂ ਕਰਨ ਵਾਸਤੇ ਹਾਂ ਇੱਕ ਪ੍ਰਚਾਰਕ ਬੋਲਦਾ ਕੱਲ੍ਹ ਨੂੰ ਚੱਕਿਆ ਜਾਂਦਾ ਬਿਲਕੁਲ 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 ਇਹ ਇਕੱਲੇ ਦੇ ਕੱਲੇ ਦਾ ਕੰਮ ਨਹੀਂ ਹੈਗਾ ਇਹ ਲੋੜ ਹੈ ਜਿੱਥੋਂ ਤੱਕ ਮੈਂ ਠੀਕ ਸਮਝਦਾ ਕਿ ਅਸੀਂ ਸਿੱਖ ਕੌਮ ਨੂੰ ਜਾਗਰੂਕ ਕਰੀਏ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਸੁਧਾਰ ਲੈ ਕੇ ਆਉਣ ਕੀ ਸੁਧਾਰ ਲਿਆਉਣੇ ਚਾਹੀਦੇ ਨੇ ਸ਼੍ਰੋਮਣੀ ਕਮੇਟੀ 'ਚ ਜਿਹਦੇ ਨਾਲ ਅਸੀਂ ਸ਼੍ਰੋਮਣੀ ਕਮੇਟੀ ਤੋਂ ਉਹ ਕੰਮ ਲੈ ਸਕੀਏ ਜਿਹੜੀ ਕਿ ਹੁਣ ਉਹ ਕੰਮ ਨਹੀਂ ਕਰ ਰਹੀ ਮੈਂ ਸਮਝਦਾ ਮੱਖੂ ਸਾਹਿਬ ਪਹਿਲੀ ਗੱਲ ਤਾਂ ਇਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਐਸੀ ਲਹਿਰ ਚਲਾਉਣੀ ਚਾਹੀਦੀ ਹੈ ਜਿਹੜਾ ਕਿ ਅਸੀਂ ਪੰਜਾਬ ਸਰਕਾਰ ਨੂੰ ਕੇਂਦਰੀ ਸਰਕਾਰ ਨੂੰ ਅਤੇ ਸ਼੍ਰੋਮਣੀ ਕਮੇਟੀ ਨੂੰ ਮਜਬੂਰ ਕਰ ਸਕੀਏ ਕਿ ਇਹਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਦਾ ਕੋਈ ਇਨਵੋਲਵਮੈਂਟ ਸ਼੍ਰੋਮਣੀ ਕਮੇਟੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਜੀ ਪਹਿਲੇ ਸਟੈਪ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਦੀ ਕੋਈ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਜੀ ਸ਼੍ਰੋਮਣੀ ਕਮੇਟੀ ਖੁਦ ਹੀ ਚੋਣਾਂ ਲੜੇ ਜੀ ਸਿੱਖ ਇੰਡੀਪੈਂਡੈਂਟ ਤੌਰ 'ਤੇ ਜਾਂ ਕਿਸੇ ਵੀ ਤਰੀਕੇ ਨਾਲ ਜਿਹੜੇ ਵੀ ਗਰੁੱਪ ਚੋਣਾਂ ਲੜਨ ਉਹ ਨੌਨ ਪੋਲੀਟੀਕਲ ਹੋਣ ਜੀ ਉਹਨਾਂ ਦਾ ਕੋਈ ਬੰਦਾ ਪੋਲੀਟੀਕਲੀ ਇਨਵੋਲਵ ਨਾ ਹੋਵੇ ਕਿਸੇ ਪਾਸੇ ਵੀ ਇਹ ਸਟ੍ਰਿਕਟਲੀ ਕੰਸਟੀਟਿਊਸ਼ਨਲੀ ਇਹ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਡਾਇਰੈਕਟ ਇੰਟਰਫੀਅਰੈਂਸ ਹੈ ਪੂਰੇ ਦਾ ਪੂਰਾ ਇੰਟਰਫੀਅਰੈਂਸ ਹੈ ਮਤਲਬ ਟਿਕਟ ਅਨਾਊਂਸ ਉੱਥੋਂ ਹੁੰਦੀ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਸ਼੍ਰੋਮਣੀ ਕਮੇਟੀ ਭਾਈ ਭਾਵੇਂ ਕਿੰਨੇ ਵੀ ਗੁਰਸਿੱਖਾਂ ਦੀ ਬਣੀ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਡੋਮੀਨੇਸ਼ਨ ਦੇ ਵਿੱਚੋਂ ਨਹੀਂ ਨਿਕਲ ਸਕਦੀ ਸ਼੍ਰੋਮਣੀ ਅਕਾਲੀ ਦਲ ਦੀ ਡੋਮੀਨੇਸ਼ਨ ਵਿੱਚੋਂ ਨਹੀਂ ਨਿਕਲ ਸਕਦੀ ਇਸ ਕਰਕੇ ਉਹੀ ਪ੍ਰਚਾਰ ਕਰੇਗੀ ਸ਼੍ਰੋਮਣੀ ਕਮੇਟੀ ਜਿਹੜਾ ਪ੍ਰਚਾਰ ਅਕਾਲੀ ਦਲ ਨੂੰ ਪਾਉਂਦਾ ਹੈ ਕੀ ਬਾਤ ਹੈ ਉਹੀ ਪ੍ਰਚਾਰ ਕਰੇਗੀ ਸੋ ਸ਼ਤਾਬਦੀਆਂ ਵਿੱਚ ਵੀ ਉਹੀ ਹੋਏਗਾ ਉਹ ਤਾਂ ਕੁਦਰਤੀ ਗੱਲ ਹੈ ਹੁਣ ਤੁਸੀਂ ਇਮੈਜਿਨ ਕਰੋ ਤੁਸੀਂ ਪਹਿਲਾਂ ਆਪ ਹੀ ਗੱਲ ਬੋਲ ਸਕੇ ਹੋ ਫਰਵਰੀ ਦੇ 2017 ਦੀ ਫਰਵਰੀ ਦੇ ਐਂਡ ਵਿੱਚ ਚੋਣਾਂ ਹੋਣੀਆਂ ਨੇ 2017 ਦੀ ਜਨਵਰੀ ਦੇ ਪਹਿਲੇ ਹਫ਼ਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਵਸ ਹੈ ਕਿਹੜੇ ਕਿਹੜਾ ਇਹੋ ਜਿਹਾ ਮਹਾਂਮੂਰਖ ਹੈ ਬੰਦਾ ਜਿਹਨੂੰ ਇਹ ਪਤਾ ਨਹੀਂ ਜਿਹੜਾ ਇਹ ਸੋਚ ਨਹੀਂ ਸਕਦਾ ਕਿ ਇਹਦਾ ਆਪਣੇ ਆਪ ਅਕਾਲੀ ਦਲ ਨੂੰ ਫਾਇਦਾ ਹੋਏਗਾ ਸਿੱਧੇ ਰੂਪ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਹਰ ਗੁਰਦੁਆਰੇ ਵਿੱਚ ਕਿੰਨੇ ਪਿੰਡ ਪਿੰਡ ਦੇ ਵਿੱਚ ਗੁਰਦੁਆਰਾ ਹੈ ਪੰਜਾਬ ਦੇ ਵਿੱਚ ਹਰ ਗੁਰਦੁਆਰੇ 'ਚ ਫੰਕਸ਼ਨ ਹੋਣੇ ਹੈ ਨਹੀਂ ਵੀ ਕਿਸੇ ਗੁਰਦੁਆਰੇ 'ਚ ਹੋਣੇ ਆ ਸ਼੍ਰੋਮਣੀ ਕਮੇਟੀ ਦੇ ਕਰਵਾ ਦੇਣੇ ਆ ਉਹ ਅਤੇ ਹਰ ਗੁਰਦੁਆਰੇ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਤੂਤੀ ਬੋਲਣੀ ਹੈ ਅਕਾਲੀ ਦਲ ਦੀ ਤੂਤੀ ਬੋਲਣੀ ਹੈ ਇਹੀ ਵਜ਼ੀਰ ਹੋਣਗੇ ਇਹੀ MLA ਹੋਣਗੇ ਉੱਥੇ ਜਾ ਕੇ ਪ੍ਰਧਾਨਗੀਆਂ ਕਰਨ ਵਾਲੇ VIP ਬਣ ਕੇ ਜਾਣ ਵਾਲੇ ਇਹ ਕਿਉਂ ਨਹੀਂ ਪੋਲੀਟੀਕਲ ਪ੍ਰਚਾਰ ਹੋਏਗਾ ਇਹਦੇ ਨਾਲ ਕਾਂਗਰਸ ਕੀ ਕਰ ਲੂਗੀ ਆਮ ਆਦਮੀ ਪਾਰਟੀ ਕੀ ਕਰ ਲੂਗੀ ਉਹ ਰੋਈ ਪਿੱਠੀ ਜਾਣਗੀਆਂ ਉਹ
ਚੋਣ ਜਾਬਤਾ ਵੀ ਕੁਛ ਨਹੀਂ ਕਰ ਸਕਦਾ, ਚੋਣ ਜਾਬਤਾ ਵੀ ਕੁਛ ਨਹੀਂ ਕਰ ਸਕੇਗਾ ਜੀ। ਮਤਲਬ ਇਹ ਐਸਾ ਤਕੜਾ ਹਥਿਆਰ ਆਇਆ ਅਕਾਲੀ ਦਲ ਦੇ ਕੋਲੇ ਜਿਹਨੂੰ ਕੋਈ ਮਾਤ ਨਹੀਂ ਪਾ, ਇਹ ਬ੍ਰਹਮਸਤਰ ਹੈ, ਬ੍ਰਹਮਸਤਰ ਕਹਿ ਸਕਦੇ। ਬ੍ਰਹਮਸਤਰ ਨੂੰ ਤੁਸੀਂ ਤੁਸੀਂ ਜਿਹੜਾ ਕਾਲਪਨਿਕ ਸਾਡੇ ਗ੍ਰੰਥ ਨੇ ਜਾਂ ਕਾਲਪਨਿਕ ਕਥਾਵਾਂ ਆਪਾਂ ਸੁਣਦੇ ਹਾਂ ਕਿ ਉਹਦੇ ਉਹ ਉੱਥੇ ਜਦੋਂ ਕਥਾਵਾਂ ਆਉਂਦੀਆਂ ਨੇ, ਬ੍ਰਹਮਸਤਰ ਸਭ ਤੋਂ ਵੱਡਾ ਅਸਤਰ ਹੁੰਦਾ ਜਿਹੜਾ ਫੇਲ ਨਹੀਂ ਹੁੰਦਾ, ਇਹ ਬ੍ਰਹਮਸਤਰ ਹੈ। ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਵਸ ਮਨਾਉਣਾ ਅਕਾਲੀਆਂ ਦੇ ਹੱਥ ਵਿੱਚ ਇੱਕ ਬ੍ਰਹਮ ਅਸਤਰ ਦੇ ਤੌਰ 'ਤੇ ਆਇਆ ਹੋਇਆ ਜਿਹਨੂੰ ਕੋਈ ਮਾਤ ਨਹੀਂ ਪਾ ਸਕਦਾ ਅਤੇ ਜਿਹਨੂੰ ਕਿਸੇ ਵੀ ਟਾਂਗਰੇ ਖੁੰਝਲ ਨਹੀਂ ਦੇਣਗੇ। ਉਹ ਨਾ ਨਾ ਬਿਲਕੁਲ ਬਿਲਕੁਲ। ਹੁਣ ਤੁਸੀਂ ਦੱਸੋ 350ਵਾਂ ਜਨਮ ਦਿਵਸ ਦਾ ਕਨਸੈਪਟ ਇਸ ਕਰਕੇ ਆਇਆ ਨਹੀਂ, ਪਹਿਲਾਂ ਕਿਹੜੇ ਗੁਰੂ ਦੀ 350ਵੀਂ ਵਰੇਗੰਢ ਬਣਾਈ ਹੈ? ਕਿਆ ਬਾਤ, 350ਵੀਂ ਵਰੇਗੰਢ ਦੀ ਮੀਨਿੰਗ ਕੀ ਹੈ ਅਤੇ ਇਹਦੀ ਇੰਪੋਰਟੈਂਸ ਕੀ ਹੈ ਜੀ? ਜ਼ਿਆਦਾ ਤੁਸੀਂ ਬਹੁਤ ਤਕੜੀ ਮੁਹਿੰਮ ਚਲਾਈ ਹੋਵੇ, ਅੰਮ੍ਰਿਤ ਪ੍ਰਚਾਰ ਦੀ ਇੱਕ ਬੇਮਿਸਾਲ ਮੁਹਿੰਮ ਚਲਾਈ ਹੋਵੇ, ਪੰਜਾਬ ਦੇ ਲੋਕਾਂ ਨੂੰ ਇਉਂ ਜੋੜਿਆ ਹੋਵੇ, ਤੁਸੀਂ ਲੋਕ ਸਿੱਖ ਜਨਤਾ ਨੂੰ ਦਿਖਾਉਣਾ ਚਾਹੁੰਦੇ ਹੋਵੋ ਕਿ ਸਾਡੀ ਆ ਐਡੀ ਵੱਡੀ ਪ੍ਰਾਪਤੀ ਹੈ, ਅਸੀਂ ਅੰਮ੍ਰਿਤ ਪ੍ਰਚਾਰ ਦੀ ਲਹਿਰ ਚਲਾਈ ਅਤੇ ਇੰਨੇ ਗਰੀਬ ਸਿੱਖਾਂ ਨੂੰ, ਇੰਨੇ ਅਸੀਂ ਜਿਹੜੇ ਦਲਿਤ ਸਿੱਖ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਲਿਆ, ਇਹ ਜੇ ਤਾਂ ਤੁਹਾਡੇ ਕੋਲ ਇਹ ਅਚੀਵਮੈਂਟ ਹੋ ਗਏ ਤੁਹਾਡੀ ਗੱਲ ਮੰਨੀ ਜਾ ਸਕਦੀ ਸੀ। ਫਿਰ ਤਾਂ 350ਵੇਂ ਜਨਮ ਦਿਵਸ ਹੋਵੇ, ਭਾਵੇਂ 375 ਭਾਵੇਂ 351ਵਾਂ ਹੋਵੇ, ਭਾਵੇਂ 60ਵਾਂ ਹੋਵੇ, ਉਹਦੀ ਗੱਲ ਹੀ ਕੁਛ ਨਹੀਂ ਹੁੰਦੀ। ਹਰ ਸਾਲ ਪ੍ਰਕਾਸ਼ ਦਿਵਸ ਆਉਂਦਾ, ਤੁਸੀਂ ਹਰ ਸਾਲ 'ਤੇ ਆਪਣੀ ਅਚੀਵਮੈਂਟ ਦਿਖਾ ਸਕਦੇ ਹੋ। 350ਵੇਂ ਦੀ ਕੀ ਇੰਪੋਰਟੈਂਸ ਹੈ? ਮੈਨੂੰ ਇਹਦੀ ਸਮਝ ਨਹੀਂ ਆਈ ਅੱਜ ਤੱਕ, ਕਿਉਂਕਿ ਸਮਝ ਨਹੀਂ ਆਈ। ਫਿਰ ਹਾਜ਼ਰੀਆਂ ਕਿਉਂ ਭਰਦੇ ਪਏ ਹੋ? ਹਾਜ਼ਰੀਆਂ ਕਈ ਵਾਰ ਮਜਬੂਰ ਭਰਨੇ ਪੈਂਦੀਆਂ ਨੇ, ਕਈ ਵਾਰ ਪੇਸ਼ਾਵਰ ਹੋ ਕੇ ਭਰਨੇ ਪੈਂਦੀਆਂ ਨੇ, ਕਈ ਗੱਲਾਂ ਤੁਹਾਨੂੰ ਬਾਈ ਪ੍ਰੋਫੈਸ਼ਨ ਜੀ ਤੁਹਾਡੇ ਕੋਲ ਹੋ ਜਾਂਦੀਆਂ ਨੇ, ਠੀਕ ਹੈ ਜੀ, ਕਿਉਂਕਿ ਪ੍ਰੋਫੈਸ਼ਨ ਦੇ ਤੌਰ 'ਤੇ ਤੁਸੀਂ ਇੱਕ ਵਿਦਵਾਨ, ਤੁਹਾਨੂੰ ਮੰਨਿਆ ਹੋਇਆ ਲੋਕਾਂ ਨੇ, ਤੁਸੀਂ ਵਿਦਵਾਨ ਬਣ ਕੇ ਜਾਓਗੇ, ਉਹਨਾਂ ਦੀ ਇੱਛਾ ਪੂਰਤੀ ਵੀ ਕਰਨੀ ਹੁੰਦੀ ਹੈ ਜਿਹੜੇ ਤੁਹਾਨੂੰ ਬੁਲਾਉਂਦੇ ਨੇ। ਉਹ ਇਨੋਸੈਂਟ ਲੋਕ ਹੁੰਦੇ ਨੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਵਿੱਚ ਸਿਆਸਤ ਨਹੀਂ ਹੁੰਦੀ। ਜਦ ਤੁਸੀਂ ਉਹਨਾਂ ਇਨੋਸੈਂਟ ਲੋਕਾਂ ਵੱਲੋਂ ਬੁਲਾਏ ਹੋਏ ਸਮਾਗਮ ਦੇ ਵਿੱਚ ਜਾ ਕੇ ਬੋਲਦੇ ਹੋ, ਤੁਹਾਨੂੰ ਉਹਨਾਂ ਦਾ ਖਿਆਲ ਰੱਖਣਾ ਪੈਂਦਾ ਕਿ ਇਹਨਾਂ ਦੇ ਵਿੱਚ ਆਪਾਂ ਸਿਆਸਤ ਨਾ ਕਰੋ ਜੀ, ਤਾਂ ਕਿ ਇਹਨਾਂ ਦੀ ਇਨਵੋਲਵਮੈਂਟ ਨਾ ਕਿਤੇ ਹੋ ਜਾਵੇ, ਇਹਨਾਂ ਨੂੰ ਕਹਿ ਲਓ ਵੀ ਭਾਵੇਂ ਉਹ ਕੁਛ ਵੀ ਕਰਦੇ ਨੇ, ਅਸੀਂ ਆਪਣੇ ਵੱਲੋਂ ਕੋਈ ਚੰਗਾ ਦੇਣ ਦਾ ਹੀ ਚੰਗਾ ਦੇਣ ਦਾ ਯਤਨ ਕਰਦੇ ਹੁੰਦੇ ਹਾਂ। ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਦੀ ਗੱਲ ਕਰੀਏ, ਪ੍ਰੋਫੈਸਰ ਸਾਹਿਬ ਤੁਹਾਡੀਆਂ ਗੱਲਾਂ ਤੋਂ ਅਸੀਂ ਅਤੇ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੇ ਰੱਜ ਕੇ ਲਾਹਾ ਲਿਆ, ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ। ਦਰਸ਼ਕੋ, ਅਗਲੇ ਐਪੀਸੋਡ ਦੇ ਵਿੱਚ ਵੀ ਪ੍ਰੋਫੈਸਰ ਸੁਖਦਿਆਲ ਸਿੰਘ ਮੇਰੇ ਨਾਲ ਹੋਣਗੇ ਅਤੇ ਬਿਲਕੁਲ 350 ਸਾਲਾਂ ਦੀ ਪੂਰੀ ਰੂਪ ਰੇਖਾ ਅਸੀਂ ਦੱਸਾਂਗੇ ਵੀ ਜੇ ਮਨਾਉਣਾ ਆ ਤਾਂ ਆਹ ਢੰਗ ਹੋਣਾ ਚਾਹੀਦਾ। ਇਹ ਜਿਹੜੀ ਲਹਿਰ ਹੈ ਸੈਮੀਨਾਰ ਤੋਂ ਨਾ ਸ਼ੁਰੂ ਕਰੋ, ਇਹ ਪਿੰਡਾਂ ਦੇ ਵਿੱਚੋਂ ਸ਼ੁਰੂ ਕਰੋ ਜਿਹੜੇ ਲੋਕ ਸਾਡੇ ਟੁੱਟ ਚੁੱਕੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਹੈ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾਂਦਾ। ਕਿਉਂ? ਉਹਨਾਂ ਲੋਕਾਂ ਤੋਂ ਜ਼ਮੀਨੀ ਪੱਧਰ ਤੋਂ ਜਦੋਂ ਅਸੀਂ ਸ਼ੁਰੂ ਕਰਾਂਗੇ ਨਾ ਤਾਂ ਫਿਰ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਪ੍ਰਾਪਤ ਹੋਵੇਗਾ। ਸੋ ਅਗਲੇ ਹਫ਼ਤੇ ਪ੍ਰੋਫੈਸਰ ਸੁਖਦਿਆਲ ਸਿੰਘ ਮੇਰੇ ਨਾਲ ਹੋਣਗੇ ਅਤੇ ਵਿਚਾਰ ਕਰਾਂਗੇ ਕਿ 350 ਸਾਲਾਂ ਦੀ ਕੀ ਰੂਪ ਰੇਖਾ ਬਣਾਈ ਜਾ ਸਕਦੀ ਹੈ ਤਾਂ ਕਿ ਕੌਮ ਨੂੰ ਕੁਛ ਨਵਾਂ ਵਿੱਚੋਂ ਪ੍ਰਾਪਤ ਹੋ ਸਕੇ। ਅਗਲੇ ਹਫ਼ਤੇ ਦਾ ਇੰਤਜ਼ਾਰ ਕਰੋ ਅਤੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।